ਨਵੇਂ ਰਾਹ ਲੱਭਣੇ ਸੌਖੇ ਨਹੀਂ ਹੁੰਦੇ, ਨਵੇਂ ਰਾਹਾਂ ਨੂੰ ਵਿਰਲੇ ਵਿਅਕਤੀ ਹੀ ਲੱਭਦੇ ਹਨ। ਨਵੇਂ ਰਾਹ ਲੱਭਣੇ ਸੌਖੇ ਨਹੀਂ ਹੁੰਦੇ, ਨਵੇਂ ਰਾਹਾਂ ਨੂੰ ਵਿਰਲੇ ਵਿਅਕਤੀ ਹੀ ਲੱਭਦੇ ਹਨ। ਬਹੁਤੇ ਲੋਕ ਸੰਸਾਰ ਨੂੰ ਜਿਉਂ ਦਾ ਤਿਉਂ ਪ੍ਰਵਾਨ ਕਰ ਲੈਂਦੇ ਹਨ, ਪਰ ਜਿਹੜੇ ਸਮੁੱਚੇ ਸੰਸਾਰ ਦੇ ਸੰਦਰਭ ਵਿੱਚ ਸੋਚਦੇ ਹਨ, ਉਹਨਾਂ ਨੂੰ ਆਪਣਾ ਪਰਿਵਾਰ ਅਤੇ ਆਪਣਾ ਘਰ ਬੰਨ ਨਹੀਂ ਸਕਦਾ, ਕਿਉਂਕਿ ਉਹਨਾਂ ਦਾ ਪੈਮਾਨਾ ਸਮੁੱਚਾ ਸੰਸਾਰ ਹੁੰਦਾ ਹੈ। ਜਾਗਰੂਕ ਵਿਅਕਤੀਆਂ ਸਾਵੇਂ ਉਦਾਹਰਨਾਂ ਨਹੀਂ ਹੁੰਦੀਆਂ, ਉਹ ਜੋ ਕਰਦੇ ਹਨ ਪਹਿਲੀ ਵਾਰ ਕਰਦੇ ਹਨ, ਇਸੇ ਲਈ ਉਹ ਨਵੇਕਲੇ, ਸੱਜਰੇ, ਮੌਲਿਕ, ਵਿਲੱਖਣ ਅਤੇ ਅਨੋਖੇ ਹੁੰਦੇ ਹਨ। ਡਾਕਟਰ ਸਾਹਿਬ ਨੇ ਖੋਜ ਹੀ ਨਹੀਂ ਕੀਤੀ, ਆਪਣੀ ਖੋਜ ਰਾਹੀਂ ਆਤਮਿਕ ਪਾਂਧੀਆਂ ਨੂੰ ਮਾਲਾ ਮਾਲ ਕਰ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਘਰ ਦਾ ਨਿਰਦੇਸ਼ ਹੈ, ਘਰ ਅੰਕਿਤ ਹੈ, ਗੁਰੂ ਸਾਹਿਬ ਦੇ ਘਰ ਕਮਲਾਂ ਦੇ ਨਾਲ ਸੁਭਾਇਮਾਨ ਹੈ, ਇਸ ਪਿੱਛੇ ਮੰਤਵ ਕੀ ਹੈ? ਹਰ ਪਦੇ ਵਿੱਚ ਤੁਕਾਂ ਨੇ, ਸਾਰੀ ਬਾਣੀ ਇੱਥੇ ਤੱਕ ਲਿਖਤ ਰੂਪ ਵਿੱਚ ਸੰਭਾਲੀ ਪਈ ਹੈ, ਬੱਝੀ ਪਈ ਹੈ। ਇਹ ਹੈ ਗੁਰਬਾਣੀ ਦਾ ਲਿਖਤ ਰੂਪ। ਜਦੋਂ ਅਸੀਂ ਪਾਠ ਰੂਪ ਕਰਦੇ ਹਾਂ, ਉਹੀ ਪਦਿਆਂ ਦੇ ਵਿੱਚ ਜਿਹੜੀਆਂ ਤੁਕਾਂ ਬਚੀਆਂ ਨੇ, ਤੁਕਾਂ ਦੇ ਵਿੱਚ ਸਾਨੂੰ ਘਰ ਨਜ਼ਰੀ ਪੈਂਦੇ ਨੇ। ਘਰਾਂ ਦੀ ਗੱਲ ਇਹਨਾਂ ਨੇ ਜਿਸ ਤਰ੍ਹਾਂ ਮਿਹਨਤ ਕੀਤੀ ਹੈ, ਉਹ ਹੋਰ ਵੀ ਵਿਦਵਾਨਾਂ ਦੇ ਸਾਹਮਣੇ ਜਦੋਂ ਗੱਲ ਆਏਗੀ, ਇੱਕ ਨਵੀਂ ਚੇਤਨਾ ਉਹਨਾਂ ਦੀ ਜਾਗੇਗੀ। ਇਹਨਾਂ ਨੇ ਇੰਨੀ ਮਿਹਨਤ ਕਰਕੇ ਉਸ ਗੱਲ 'ਤੇ ਧਿਆਨ ਦਿਵਾਇਆ ਸਾਡਾ। ਜਿਸ ਢੰਗ ਨਾਲ ਉਹਨਾਂ ਨੇ ਅੰਕਿਤ ਕੀਤੀ ਹੈ, ਉਸ ਦਾ ਵੀ ਸਾਨੂੰ ਅੱਜ ਪਤਾ ਲੱਗਿਆ। ਮੈਂ ਇਸ ਗੱਲ ਦੇ ਲਈ ਡਾਕਟਰ ਸਾਹਿਬ ਨੂੰ ਬੜੀ ਵਧਾਈ ਦੇਣੀ ਚਾਹੁੰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੀ ਇਸ ਜਿਹੜੀ ਇਹਨਾਂ ਨੇ ਮਿਹਨਤ ਕੀਤੀ ਉਸ ਦੀ ਜ਼ਰੂਰ ਕਦਰ ਪਾਏਗੀ, ਜ਼ਰੂਰ ਇਸਦਾ ਇਹਨਾਂ ਦਾ ਜਿਹੜਾ ਸਨਮਾਨ ਹੈ ਕੀਤਾ ਜਾਵੇਗਾ। ਜਿਹੜਾ ਤੁਸੀਂ ਇਕਤਾਲ ਕਹਿੰਦੇ ਹੋ, ਗੁਰੂ ਘਰ 'ਚ ਉਹਨੂੰ ਯੱਕਾ ਕਹਿ ਦਿੰਦੇ ਹਾਂ, ਦਿਨ ਤੇ ਕਤੂ ਨਾ ਕਤ ਗੁਰੂ ਸਾਹਿਬ ਦੇ ਵੇਲੇ ਤਾਂ ਬੰਦ ਹੱਥ ਪਖਾਵਜ ਦੇ ਵੇਲੇ ਹੋਈ ਨਹੀਂ ਸੀ, ਉਹ ਤਾਂ ਖੁੱਲ੍ਹਾ ਹੀ ਵੱਜਦਾ ਸੀ। ਡਾਕਟਰ ਸਾਹਿਬ, ਤੁਸੀਂ ਬਹੁਤ ਸੋਹਣਾ ਕੰਮ ਕੀਤਾ, ਇਹ ਬੂਟਾ ਜੋ ਤੁਸੀਂ ਬੀਜ ਪੰਥ ਨੇ, ਜੋ ਗੁਰਬਾਣੀ ਨੇ, ਗੁਰੂ ਸਾਹਿਬ ਨੇ ਲਾਇਆ, ਉਹਨੂੰ ਫਲ ਲੱਗਣੇ ਚਾਹੀਦੇ ਨੇ। ਮੈਂ ਅੱਜ ਇੱਕ ਵੈਟਨਰੀਅਨ ਨੂੰ ਆਪਣੀ ਵਿਰਾਸਤ ਨਾਲ, ਹੈਰੀਟੇਜ ਨਾਲ ਡਾਇਲੌਗ ਕਰਦੇ ਵੇਖਿਆ। ਚਰਨ ਕਮਲ, ਆਈ ਸਲਿਊਟ ਯੂ। ਪੂਰੇ 20 ਸਾਲ ਦੀ ਕਰੜੀ ਮਿਹਨਤ ਬਾਅਦ, ਸਖਤ ਖੋਜ ਤੋਂ ਬਾਅਦ ਇੱਕ ਪੁਸਤਕ ਉਪਜਦੀ ਹੈ, ਨਾਮ ਹੈ ਘਰ ਦਾ ਵਿਥਾਂ।